ਅਸੀਂ ਤੇ ਮੈਂ ਕਿਹਾ ਯਾਰ ਲੱਗਿਆ ਵੇਖੀ ਕਿਤੇ ਆ ਨਾ ਜਾਣ, ਕਹਿੰਦਾ ਹੁਣ ਕੁਛ ਨਹੀਂ ਕਹਿੰਦੇ ਕਿ ਚੱਲ ਤੇ ਆਪ ਖਵਾਉਣਗੇ। ਹਾਂ ਤੇ ਫਿਰ ਕੀ ਸਮਝਦੇ ਸੀ ਵੀ ਐਲਫੰਡਰ ਇਹ ਕੀ ਕਰਦਾ ਹੈ? ਉਹ ਤਾਂ ਬਸ ਹੁੰਦਾ ਹੀ ਹੈ ਨਾ ਫਿਰ, ਯਾਨੀ ਇੱਥੇ ਸੀ ਜਦੋਂ ਪਹਿਲਾ ਗਾਣਾ ਤੁਹਾਡਾ ਆਇਆ ਸੀ ਤੇ ਪਿੰਡ ਵਾਲੇ ਹਿੱਲੇ ਤਾਂ ਹੋਣੇ ਨੇ ਇੱਕ ਵਾਰੀ, ਤੇ ਪਿੰਡ ਵਾਲਿਆਂ ਨੂੰ ਬੇਲੀ ਤੇ ਤੁਸੀਂ ਹੁਣ ਕੀ ਸਿੱਖਿਆ? ਬੇਲੀ ਕੋਲੇ ਬਚਪਨ ਤੋਂ ਹੁਣ ਭਰਾਵਾਂ ਵਾਂਗੂ ਰਹੇ, ਸਿੱਖਣਾ ਕੀ ਜਦੋਂ ਨਾਲ ਇਕੱਠੇ ਰੱਖਦੇ ਉਹਨੂੰ ਕਹਿੰਦਾ ਪੂਰਾ ਕਰ ਲਓ, ਜਿਹੜਾ ਕੋਈ ਆਉਂਦਾ ਨਾ ਉਹਨੂੰ ਕਹਿੰਦਾ ਗਾਓ ਗਾਣੇ ਕਰੋ, ਕੋਈ ਆਉਂਦਾ ਚੈਨਲ ਚੂਨਲ ਤੇ ਜਦੋਂ ਵੀ ਨਾ ਪੂਰੀ ਸਪੋਰਟ ਕਰਨੀ। ਫਿਊਚਰ ਦੇ ਵਿੱਚ ਕੀ ਪਲਾਨ ਹੈ? ਫਿਊਚਰ 'ਚ ਬੜੇ ਪਲਾਨ, ਤੈਨੂੰ ਕੋਈ ਦੱਸੋ ਚੰਗੇ ਜੇ। ਨਹੀਂ ਪਲਾਨ ਦੱਸਿਆ ਕਿ ਸ਼ੁਰੂ ਮੈਂ ਕੀਤਾ ਸੀ ਇਹਨਾਂ ਦੇ ਡੱਬਾਂ ਵਾਲੇ ਗਾਣੇ ਤੋਂ ਕੀਤਾ ਸੀ। ਅੱਛਾ, ਯਾਨੀ ਉੱਥੇ ਮੈਂ ਬਾਹਰ ਰਿਹਾ। ਨਾਜ਼ਰੀਨ ਜ਼ੈਨ ਟੀਵੀ ਕੇ ਸਾਥ ਮੈਂ ਹੂੰ ਸੈਯਦ ਗੌਸ ਅਲੀ ਬੁਖਾਰੀ। ਨਾਜ਼ਰੀਨ ਅੱਜ ਸਾਡੇ ਨਾਲ ਇੱਕ ਐਸੀ ਹਸੀ ਮੌਜੂਦ ਨੇ ਜਿਹੜੇ ਕਿ ਭਾਈਕੋਟ ਦੀ ਆਨ ਸ਼ਾਨ ਔਰ ਪਹਿਚਾਨ ਨੇ। ਇਸ ਵੀਡੀਓ ਕੋ ਲਾਈਕ ਕਰੇ, ਜ਼ੈਨ ਟੀਵੀ ਕੋ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਪਰ ਪ੍ਰੈਸ ਕਰੇ ਤਾਂ ਕਿ ਆਪ ਮੇਰੀ ਤਮਾਮ ਆਉਣ ਵਾਲੀ ਵੀਡੀਓ ਸੇ ਬਖਬਰ ਰਹਿ ਸਕੇ। ਤੇ ਇਹਨਾਂ ਦੀ ਲਾਈਫ ਦੇ ਬਾਰੇ ਕੁਛ, ਇਹਨਾਂ ਦੇ ਪਿੰਡ ਦੇ ਬਾਰੇ ਗੱਲਾਂ ਪੁੱਛਾਂਗੇ ਇਨਸ਼ਾਅੱਲਾ, ਜਿਹੜੀਆਂ ਤੁਸੀਂ ਕਿ ਜਾਣਨਾ ਚਾਹੁੰਦੇ ਜੀ। ਜੀ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ। ਜੱਟ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ? ਠੀਕ ਠਾਕ ਹੋ? ਵਧੀਆ ਜੀ ਵਧੀਆ, ਤੁਸੀਂ ਦੱਸੋ ਕਿੱਦਾਂ? ਜੀ ਅਲਹਮਦੁਲਿਲਾ, ਅੱਲਾਹ ਤਾਲਾ ਦਾ ਬਹੁਤ ਅਹਿਸਾਨ ਹੈ। ਅੱਛਾ ਜੱਟ ਸਾਹਿਬ, ਇਹ ਦੱਸੋ ਕਿ ਸਭ ਤੋਂ ਪਹਿਲੇ ਤੁਹਾਡਾ ਪਹਿਲਾ ਗਾਣਾ ਆਇਆ ਉਹ ਕਿਹੜਾ ਸੀ? ਗਾਣਾ ਸੀ ਡੱਬਾ ਨਾਲ। ਅੱਛਾ, ਹਾਂਜੀ, ਜ਼ਰਾ ਦੋ ਕੁ ਬੋਲ ਹੋ ਜਾਣ ਦਾ। ਬੋਲ ਚੱਲਿਆ ਸੀ ਕਿ ਹੁਣ ਨਾ ਹੀ ਘੱਟ ਨਾ ਹੀ ਵੱਧ, ਇਹ ਹੋਣੀ ਮਿੰਟ ਵੀ, ਜਿੰਨੀ ਲਿਖ ਦਿੱਤੀ ਓਨੀ ਦੇਰ ਰਹਿਣਾ ਜੱਗ ਤੇ, ਇਹ ਦੱਬ ਕੇ ਕਿਸੇ ਤੋਂ ਰਹਿਣਾ ਫਿਤਰਤ ਨਹੀਂ, ਇਹ ਜ਼ਿੰਦਗੀ ਆ ਮੇਰੀ ਮੈਂ ਗੁਜ਼ਾਰੂ ਹੂੰ ਤੁੰਨ ਕੇ, ਜਿਹੜੇ ਫਿਰਦੇ ਆ ਸਾਡੇ ਨਾਲ ਵੈਰ ਪਾਉਣ ਨੂੰ, ਫਿਰਦੇ ਆ ਸਾਡੇ ਨਾਲ ਵੈਰ ਪਾਉਣ ਨੂੰ, ਪੁੱਤ ਵੈਰ ਕੋਈ ਨਿਭਾਉਣੇ ਐਡੀ ਸੌਖੀ ਹੀ ਗੱਲ ਨਹੀਂ, ਇੱਥੇ ਡੱਬਾ ਨਾਲ ਜਣਾ ਖਣਾ ਲਾਈ ਫਿਰਦਾ ਹੈ, ਉਹ ਡੱਬਾ ਨਾਲ ਜਣਾ ਖਣਾ ਲਾਈ ਫਿਰਦਾ, ਪਰ ਬੰਦੇ ਮਾਰਨੇ ਕੋਈ ਐਡੀ ਸੌਖੀ ਗੱਲ ਨਹੀਂ। ਅੱਛਾ ਇਹ ਦੱਸੋ ਕਿ ਜਦੋਂ ਤੁਸੀਂ ਇਹ ਗਾਣਾ ਲਿਖਿਆ ਸੀ ਜਾਂ ਰਿਕਾਰਡਿੰਗ ਕੀਤੀ ਸੀ, ਉਦੋਂ ਤੁਹਾਡੇ ਦੇ ਬਾਰੇ ਕੀ ਫੀਲਿੰਗ ਸੀ? ਕੀ ਹੋਏਗਾ ਮੇਰੇ ਨਾਲ, ਹਿੱਟ ਹੋਏਗਾ ਨਹੀਂ ਹੋਏਗਾ, ਆਖਿਰ ਕੀ ਫੀਲਿੰਗ ਆਉਂਦੀ ਸੀ? ਹਿੱਟ ਤਾਂ ਜੀ ਗੱਲ ਇੱਦਾਂ ਕਿ ਮਿਹਨਤ ਜੇ ਤਾਂ ਤੁਸੀਂ ਕਰੋਗੇ ਨਾ, ਮਿਹਨਤ ਕਰੋ ਅਤੇ ਇੱਕ ਗੱਲ ਜ਼ਿਹਨ 'ਚ ਬਿਠਾ ਲਓ ਕਿ ਕੰਮ ਦੁਨੀਆ 'ਤੇ ਕੋਈ ਔਖਾ ਨਹੀਂ ਹੈਗਾ, ਸੋਚ ਲਓ ਮੈਂ ਕਰਨਾ ਭਾਵੇਂ ਜੋ ਮਰਜ਼ੀ ਹੋ ਜਾਵੇ। ਮੈਂ ਇੱਕ ਗੱਲ ਸੋਚੀ ਸੀ, ਇਹ ਤਾਂ ਬੜੀ ਹਿੰਮਤ ਆ ਅਤੇ ਬੜਾ ਸ਼ੁਕਰ ਆ ਅਤੇ ਜਿਹੜਾ ਕਿ ਮੇਰਾ ਪਹਿਲਾ ਗਾਣਾ ਹਿੱਟ ਹੋ ਗਿਆ, ਅਤੇ ਮੈਂ ਤਾਂ ਇਹ ਸੋਚ ਰੱਖੀ ਸੀ ਕਿ ਪਹਿਲਾਂ ਨਹੀਂ, ਯਾਨੀ ਕਿ ਹੁੰਦਾ ਨਾ, ਮੈਂ ਇਹ ਨਹੀਂ ਸੋਚਿਆ ਕਿ ਮੇਰਾ ਪਹਿਲਾ ਗਾਣਾ ਹੀ ਸੁਪਰ ਹਿੱਟ ਜਾਏਗਾ ਜਿੱਦਾਂ ਵੀ, ਮੈਂ ਸੋਚਿਆ ਸੀ ਯਾਨੀ ਹੌਲੀ ਹੌਲੀ ਇਹ ਕਰਾਂਗੇ, ਯਾਨੀ ਕੁਛ ਐਸੇ ਕੰਮ ਸੀ ਜ਼ਿੰਦਗੀ 'ਚ ਜਿਹੜੇ ਮੈਂ ਕੀਤੇ ਆ ਅਤੇ ਮੈਂ ਉਹਨਾਂ ਦੀ ਸੋਚ ਰੱਖੀ ਕਿ ਯਾਰ ਆਹ ਕੰਮ ਮੈਂ ਕਰਨੇ ਆ ਜੋ ਕੰਮ ਹੋਏ ਆ, ਅਤੇ ਉਹੀ ਸੋਚ ਮੈਂ ਇੱਥੇ ਰੱਖੀ ਸੀ ਕਿ ਜੇ ਮੈਂ ਸੋਚਿਆ ਨਾ ਤਾਂ ਕੰਮ ਹੋਏਗਾ, ਤਾਂ ਫਿਰ ਮੈਂ ਸੋਚ ਰੱਖ ਕੇ ਚੱਲਿਆ ਸੀ ਅਤੇ ਮੈਂ ਕਿਹਾ ਸੀ ਇੱਕ ਨਾ ਯਾਨੀ ਹਿੱਟ ਹੋਏਗਾ, ਦੂਸਰਾ ਕਰਾਂਗੇ, ਤੀਸਰਾ ਕਰਾਂਗੇ, ਕਿਉਂਕਿ ਕਰਨਾ ਜ਼ਰੂਰ ਆ, ਪਰ ਉਹ ਬੜਾ ਸ਼ੁਕਰ ਅੱਲਾਹ ਦਾ ਪਹਿਲਾ ਗਾਣਾ ਅਤੇ ਪਹਿਲਾ ਗਾਣਾ ਹੀ ਹਿੱਟ ਗਿਆ, ਯਾਨੀ ਕਿ ਨਾ ਰੁਕੂੰਗਾ ਨਾ ਝੁਕੂੰਗਾ ਬਸ ਚੱਲਦਾ ਰਹੂੰਗਾ। ਹਾਂ ਇਸ ਤਰ੍ਹਾਂ ਹੀ ਆਓ ਇੱਕ। ਅੱਛਾ ਜੱਟ ਸਾਹਿਬ, ਤੁਸੀਂ ਇਹ ਦੱਸੋ ਕਿ ਇਹ ਗਾਣੇ ਤੋਂ ਪਹਿਲੇ ਤੁਹਾਡੀ ਕਿਸ ਤਰ੍ਹਾਂ ਜ਼ਿੰਦਗੀ ਸੀ? ਜ਼ਿੰਦਗੀ ਰੱਬ ਦਾ ਸ਼ੁਕਰ ਸੀ ਪਹਿਲਾਂ। ਨਹੀਂ ਘਰ ਵਾਲੇ ਤੁਹਾਨੂੰ ਕੀ ਸਮਝਦੇ ਸੀ ਵੀ ਐਲਫੰਡਰ ਇਹ ਕੀ ਕਰਦਾ? ਉਹ ਤਾਂ ਬਸ ਹੁੰਦਾ ਹੀ ਹੈ ਨਾ ਫਿਰ, ਯਾਨੀ ਇੱਥੇ ਸੀ ਮੈਂ ਅਤੇ ਇੱਥੇ ਅਸੀਂ ਜ਼ਿਆਦਾ ਆਪਦਾ ਖੇਤ ਖੂਤ ਦਾ ਹੀ ਕੰਮ ਸੀ, ਠੀਕ ਆ, ਅਤੇ ਫਿਰ ਮੈਂ ਬਾਹਰ ਜਾਣਾ ਸੀ ਅਤੇ ਫਿਰ ਉੱਥੇ ਬਾਹਰ ਚਲੇ ਗਏ ਅਤੇ ਬਾਹਰ ਮੈਂ ਯਾਨੀ ਘਰ ਵਾਲਿਆਂ ਨੂੰ ਆਖਿਆ ਮੈਂ ਗਾਣਾ ਕਰਨਾ, ਅਤੇ ਉਹ ਕਹਿੰਦੇ ਕਿ ਨਹੀਂ ਨਹੀਂ ਇਹ ਕੰਮ ਨਹੀਂ ਸਹੀ ਹੈਗਾ, ਮੈਂ ਕਿਹਾ ਆਪਣੇ ਗਾਣੇ ਜੱਟਾਂ ਜੁੱਟਾਂ ਲਈ ਨੇ ਉੱਦਾਂ ਦੇ ਨਹੀਂ ਹੈਗੇ, ਅੱਬੇ ਨੂੰ ਸਮਝਾਇਆ, ਅੱਬੇ ਨੂੰ ਮੈਂ ਬੋਲ ਬੋਲ ਸੁਣਾਏ ਫੋਨ 'ਤੇ, ਆਵਾਜ਼ ਓਪਨ ਕਰਕੇ ਮਾਈ ਨੂੰ ਮੈਂ ਕਿਹਾ ਕੋਲੇ ਬਹਾ ਲਵੀ ਅੱਬੇ ਨੂੰ ਅਤੇ ਮੈਂ ਬੋਲ ਬੋਲ ਸੁਣਾਵਾਂਗਾ ਸੁਣ ਲਏਗਾ, ਫਿਰ ਕੋਲੇ ਬੈਠਾ ਸੀ ਅੱਬਾ ਵੀ ਅਤੇ ਉਹ ਮੈਂ ਸੁਣਾਏ ਬੋਲ ਬੋਲ ਅਤੇ ਫਿਰ ਉਹ ਠੀਕ ਲੱਗਿਆ ਉਹਨਾਂ ਨੇ। ਅੱਛਾ ਵੈਸੇ ਫਾਂਟੀ ਤੱਕ ਤਾਂ ਨੌਬਤ ਨਹੀਂ ਪਹੁੰਚੀ? ਫੈਂਟੀ ਪਹਿਲਾਂ ਲੱਗਦੀ ਰਹੀ ਆ, ਹੁਣ ਨਹੀਂ ਲੱਗੀ, ਵਾਹਵਾ ਚਿਰੀ ਹੋ ਗਈ ਕਿ ਉਹਦੇ ਨਾਲ। ਹਾਂ ਨਹੀਂ ਨਹੀਂ ਪਹਿਲਾਂ ਤਾਂ ਹੁਣ ਵੀ ਯਾਨੀ ਹੋ ਜਾਂਦਾ, ਯਾਨੀ ਕਿ ਕਿਤੇ ਅੱਗੇ ਪਿੱਛੇ ਯਾਨੀ ਗਏ ਹੋਈਏ ਤਾਂ ਝਿੜਕ ਝੁੜਕ ਲੈਂਦੇ ਆ, ਅਤੇ ਉਹ ਤਾਂ ਫਿਰ ਹੁੰਦਾ ਹੀ ਆ ਨਾਲ ਇਹ ਤਾਂ ਕੰਮ ਫਿਰ ਜਿੰਨੇ ਦੇ ਮਾਂ ਪਿਓ। ਅੱਛਾ ਕਿੰਨੇ ਤੁਸੀਂ ਭਾਈ ਜੀ? ਹੈਂ ਅਸੀਂ ਤਿੰਨ। ਤੁਸੀਂ ਸਭ ਤੋਂ ਛੋਟੇ ਜੀ? ਨਹੀਂ ਮੇਰੇ ਛੋਟਾ ਇੱਕ ਹੈਗਾ ਇੱਕ ਵੱਡਾ। ਅੱਛਾ ਅੱਛਾ, ਹਾਂਜੀ। ਦੋਨਾਂ 'ਚੋਂ ਜ਼ਿਆਦਾ ਸਪੋਰਟ ਕਿੰਨੇ ਕੀਤਾ? ਉਹ ਜਿਹੜਾ ਛੋਟਾ ਉਹ ਤਾਂ ਛੋਟਾ ਨਾ, ਅਤੇ ਸਪੋਰਟ ਮੇਰੇ ਭਾਈ ਨੇ ਕੀਤਾ ਪੂਰਾ ਮੇਰੇ ਨਾਲ, ਤਾਂ ਜਦੋਂ ਮੈਂ ਸ਼ੁਰੂ ਯਾਨੀ ਕੀਤਾ ਸੀ ਮੈਂ ਬਾਹਰ ਸੀ, ਉਹ ਵੀ ਮੇਰੇ ਨਾਲ ਬਾਹਰ ਹੀ ਸੀ, ਅਤੇ ਮੈਂ ਦੱਸਿਆ ਕਿ ਮੈਂ ਨਾ ਸੌਂਗ ਯਾਨੀ ਕਰਦਾ ਪਿਆ, ਅਤੇ ਉਹਨੇ ਮੈਨੂੰ ਕਿਹਾ ਖਿੱਚ ਕੇ ਰੱਖ ਕੰਮ, ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ। ਵਾਲਦਾ ਦੀਆਂ ਤੁਹਾਡੇ ਪਿੱਛੇ ਕਿੰਨੀਆਂ ਕੁ ਦੁਆਵਾਂ ਸੀ? ਪੂਰੀ ਫੈਮਿਲੀ ਦੀਆਂ ਹੀ ਦੁਆਵਾਂ, ਸਾਰੇ ਹੀ ਦੁਆਵਾਂ ਕਰਦੇ ਆ, ਯਾਨੀ ਪਹਿਲਾਂ ਤੁਹਾਨੂੰ ਦੱਸਿਆ ਕਿ ਪਹਿਲਾਂ ਕਰਦੇ ਸੀ ਯਾਨੀ ਕਿ ਸਾਰੇ, ਕਿ ਨਹੀਂ ਇਹ ਕੰਮ ਨਹੀਂ ਵਧੀਆ ਨਹੀਂ ਹੈਗਾ, ਅਤੇ ਜਦੋਂ ਮੈਂ ਗਾਣਾ ਕੀਤਾ ਤਾਂ ਫਿਰ ਹੁਣ ਸਾਰੇ ਪੂਰੀ ਫੈਮਿਲੀ ਜਿਹੜੀ ਨਾ ਆਪਣੀ ਸਪੋਰਟ ਕਰਦੀ ਹੈ। ਅੱਛਾ ਜੱਟ ਸਾਹਿਬ, ਦੂਸਰਾ ਜਿਹੜਾ ਆਪਣਾ ਗਾਣਾ ਆਇਆ ਉਹ ਕਿਹੜਾ ਹੈ?
दूसरा गाना आया सी कड़ कड़ ठोकने, हुण तीसरा रिलीज़ होया रियल स्माइल, तो तकरीबन 10 दिन हो गए। अच्छा, उन्दे भी दो बोल हो जाए दा बोल जो टिकटॉक तो चल रहा अजकल जिदा जिदा जावे मेरा नाम चलदा हाँ उदा उदा जावे मेरा वैरी जमदा हाँ लफजा तो लोग मैनू जज करते कहें किसे नाल वैर चलदा हाँ नेचर दे हिसाब से मैं लिखा गीत नहीं लोकी कहिंदे मुंडा गैंगस्टर लगदा हाँ वह कम्मां तो ही हुंदी आ पछाण बंदे दी किसे कोले चंगे दी कोई फाइल नहीं हुंदी और जिन्नी भी आ रखदे आ दिलों रखदे साडी आ स्माइल विच मैल नहीं हुंदी। क्या बात है जी। अच्छा दसो जिहड़े तुसी गाने है माशाल्लाह गाए ने, हाँ जी, ए प्रोफेशनल हो चुके ने समझ लो, हाँ जी, ठीक है जी। ये जो तो तुसी तुहाडे दे च कंसेप्ट गाने दे बनया जी जो तुसी लिख रहे सी उदो तुहाडे दे च की चल रहा सी? मैं तां तुहानूं दस्सिया कि शुरू मैं कीता सी ना ते डब्बां वाले गाने तो कीता सी। अच्छा, यानी उत्थे मैं बाहर रहा मैं 1.5 साल तो मैं यानी कि जदों शुरू किया मैं डब्बां वाला गाना लिखा है तो उनकी हर एक लाइन यानी कि जिहड़ा भी बंदा आता ना कमेंट भी ने ते आवाम भी ते यानी कि हर पासे ना वो बंदा यही कहता यार हर एक बोल ही कमाल तो मैनू कदे कदे आंदा यार मैं आप ही लिखिया यानी ना यानी अच्छा जहा लगता है कि यार हर एक बंदा तारीफ करता है कि हर एक बोल ही कमाल लिखिया तो फिर जिदा ना बंदा कन्फ्यूज जहा थोड़ा जहा हो जाता यार पहला गाना ही तो मैं पहले ही लिखिया तो बड़ा पसंद आया। वैसे जो पहला गाना ढा आया तो पिंड वाले हिले तो होने एक बार पिंड वालों तकरीबन ना 10 दिन पहला असं सारू मैं यानी कि एक दसिया कि गाँव आ रहा गाँव की गां गल ना फैल गई यार उन्हें मुंडे ने गाना करना क्योंकि अगे तो किसी ने काम नहीं किया नेड़े की इदा का तो उन्हें कहा कि गाना होना तो वह फिर गल पूरे पिंड हो गई कि मुंडे का गाना आ रहा वो जेड़ा मैं जेड़े बाजार जावा कह बई गाना किदन आ रहा गाना किदन आ रहा मैं आखा फिर एवं कह देना फलानी तरीक न आ रहा जी और क्योंकि कन्फर्म तो पता नहीं पहला पहला काम से तो सारे ने फिर जो यानी टाइम होया पूरी वाम जो गाना सुनिया उस दिन ही जेडे आसे पासे वाले से सारे आने लग पे यार गाँव बड़ा वधिया वी आई पी ये वो इदा। अच्छा जट साहब तुम यह दसो तुम कि फिल्मा शिल्मा की भी ऑफर हुई? नहीं जी अजे तिकर तो कोई नहीं फिल्मा दी तो बाकी चलो गां जिदा रब नूं मंजूर है करांगे। अपनी फिल्म करोगे? आहो आपदी करांगे जे कि तो ना आया तो अं तो आपकी करनी करनी। क्या बात आहो। अच्छा सोच रखी हुई है ना अक्सर जो सिंगर होंगे ने ज़्यादातर जी सिंगर लड़कियाँ होंगे ने उन्होंने राबता लाजमी कर दें भी किसी राबता किया सिंगर अभी लभते पे हाँ हूँ ना कोई पंजाबी तो चलो एक साडा पैगाम ही ठीक है कि अपने पाकिस्तान दे विच ना पंजाबी यानी कि जिदा के मेरे गाने हैं कोई इदा के सिंगर हो रबता करो असी डूइट सोंग करने तो यानी हो चंगा गाँवी होवे ठोस पंजाबी जिदा के मेरे गाने हैं तो आप जरूरत है। नो जी जट साहब इफी जट साहब ने पैगाम देता है सानू एक लड़की दी चाहिए जिहड़ी कि सिंगर होवे और पंजाबी च गांदी होवे और कमाल दे इना तरह गांदी होवे अगर कोई भी यह वीडियो वेख रहा है तो वह इन्हां नाल राबता कर सकता है। अच्छा जट साहब ये दसो जिस तरह माशाल्लाह तुहाडी आवाज़ प्यारी है तुहाडा टिकटॉक ते भी अकाउंट है यूट्यूब ते भी है तो बहुत सारिया लड़कियां दे मैसेज ते आंदे होणगे आपा कदे गौर ही नहीं कीता लड़कियां मन। अच्छा तो तुहाडे मतलब कि फ्यूचर दे विच की प्लान है? फ्यूचर च बड़े प्लान तेन को दसो चंगे जे नहीं प्लान एक तो तुहानूं मैं दस्सिया ना कि फिल्म का तुहानूं मैं दस्सिया कि रब करे मैं उत्थों तिकर जावां पासे पासे भावें जिद्दां भी है मैं फिल्म तो करनी अगे ठीक हो गया एक तो यह सोचा बाकी ना मैनू मैसेज बड़े आते ने आवाम के ना यार भाई असी बड़ा शौक रखते हाँ तो असी ना यानी घरों सपोर्ट नहीं हैगी गरीब हाँ या ये वो तो सोच असी अक्सर गल करते हैं मेरा यार मेरे बैठा नाल तो मैं गल इन अक्सर करता यार ना कि बड़ी आवाम के मैसेज आते जी घरों गरीब आ तो गांह जो इदा होया ना आप स्टूडियो या जो भी जो अपने यानी कि इतों तक गल आ गई कि किसी से असी हैल्प कर सकते हैं तो मैं क्या उदो लाजमी करनी है जोड़े मुंडे शौक रखते उन्होंने कहना पूरा कर लो जो कि आता ना उन्होंने कहना गाओ गाने करो कोई आता चैनल चूनल तो जो भी ना पूरी सपोर्ट करनी वाम ये असी आपस की साड़ी गल वैसे ही शेयर कर रहे हैं जो साड़ी सोच है कि यार काम करना जो शौक रखते हैं ना जो पैसे वालों जो भी है उन्होंने काम आना है सपोर्ट करनी उन्होंने। अच्छा बचपन के जो दोस्त ने बेली ने भरा ने वो केड़े केड़े ने तो मतलब कि किसी अजे भी उन्होंने उस तरह उस तरह ही प्यार कर रहे जी ये तो तुम भावें मैं कहना मेरे पूरे पिंड चो पुछ लो या पूरे बाजार चो पुछ लो जितों भी पुछना कि जिन्होंने असं जिदा अगे मिलते ही ना
असी उदा ही मिलते उस तो भी ज़्यादा प्यार मिलता कि अगले दिल से ना गल जाए यार कि टून खराब हो गई या जो भी असी तो उस तो भी ज़्यादा प्यार मिली दा तो बाकी 24 घंटे जरा मेरे नाल रहा मेरा यार है शकील जी। अस्सलाम वालेकुम। वालेकुम अस्सलाम जी। शकील साहब की हाल चाल? ठीक ठाक जी शुक्र। बड़े वट दिते ने मुछा नु? बस जी वक्त दे नाल नाल ही वट दे रहे। अच्छा दसो बेली तो तुसी हुण की सिखिया? बेली को बचपन तो हूँ भरावान वागू रहे सीखना कि जो नाल कट्ठे रहे। अच्छा अलहमदुल्ला अगर भी रहेंगे इंशाल्लाह। केड़ी ऐसी इन्हां दी एक अदा है जी तुहानू बहुत अच्छी लगती हो? जेड़ा असी एक दूजे प्यार चाहत नस के बोल लिया यही अदा अच्छी और गई बेली ने हंस के बुला लिया जा बोल लिया। अच्छा दसो कि निक्किया होंदिया किसी ने खटियां भी तोड़ते रहे जी? नहीं खटियां नहीं उंज तो वैसे गप्पा शप्पा दा कोई इंजॉय करते रहे खटियां खुटियां तो नहीं किसी चोरी तोरियां जो मरूद तोड़ते रहे मरूद तोड़िया भाई। लो जी जड़ साहब कह रहे उस दिन भी तोड़िया थोड़ा महीना को हो गया असं गए सी खेत तो उत्थे किसी के मरूद लगे हुए तो अं उतो मरूद तोड़े आप आहो वैसे चोरी नहीं तोड़े आँदे पे ही तो मरूद लगे हुए थे मैं क्या यार लग्या वेखी कितने आ ना जान कहिंदा हुण कुछ नहीं कहिंदे क्या चल ते आप खवाणगे हाँ तो फिर असं मरूद तोड़े उत्थे। अच्छा जट साहब आने वाले वक्त दे विच शादी दा तुहाडा की प्लान है? शादी अजे करांगे 4-5 सालों कुछ बन जाइए जिंदगी दे विच ते बन तो तुसीं गए जे? नहीं फिर भी जिहड़ा प्लान है ना अगे दा शादी दा अजे थोड़ा लेट आ एंड शादी हुंदी है इंजॉय। अच्छा होर तुसीं कोई पाकिस्तानियों नूं पैगाम देना चाहते हो? पैगाम मेरा तो हर यानी कि यही हुंदा कि सच बोलो सही है तो असी यानी एक गाना भी अगे करते पे यानी कईआं नूं जिहड़े जिहड़े ठीक आ उन्हां नूं तां ठीक ही लगना तो बाकी यानी कि दुनियादारे ते ही आ तो जिन्हां नूं ना सही लग्या तो वह फिर आप ही नहीं सही है असी तो करते पे हैं जो सच आ तो उन्हें ज यही आ कि जिहड़ा बंदा चंगा ना जो चंगी सोच रखता उन्हूं तां पसंद आना ही आना असी एक दुनियादारे ते गाना करते पे हैं जी। बहुत शुक्रिया नाजरीन आज हमारे साथ माशाल्लाह थे इफी जट साहब जो कि किसी तारुफ के मुताज नहीं थे तो इंशाल्लाह किसी दिन आपको भाईकोट जो पिंड है इसका भी विज़िट कराएंगे जो इनका पिंड है गाँव है। बहुत सारे हमारी ऑडियंस है जो जानना चाह रही है कि इफी जट साहब का गांव कैसा है तो इंशाल्लाह ज़रूर किसी दिन आपको इनका गांव भी दिखाएंगे। आज हमारी मुलाकात थी इफी जट साहब से 3 सॉन्ग इनके आ चुके हैं और 4th भी आने को बिल्कुल बिल्कुल नज़दीक है तो इंशाल्लाह फिर किसी दिन इनसे मुलाकात करेंगे जब इनका 4th-5th गाना आ जाएगा तो दुआओं में याद रखिएगा फिर मिलेंगे अल्लाह हाफिज़।